ਨਾਨਕ ਹੁਕਮੀ ਲਿਖੀ ਐ ਲੇਖ, ਨਾਨਕ ਹੁਕਮੀ ਲਿਖੀ ਐ ਲੇਖ। ਨਾਨਕ ਕਹਿੰਦਾ ਲੇਖ ਕੀ ਹੈ, ਲੇਖ ਕੋਈ ਨਹੀਂ, ਕੋਈ ਲੇਖ ਨਹੀਂ, ਕੋਈ ਕਿਤਾਬ ਨਹੀਂ ਭੇਜੀ ਨਾਲ, ਪਰ ਹੁਕਮ ਹੁੰਦਾ ਇਹੀ ਲੇਖ ਹੈ ਨਾਲ ਦੀ ਨਾਲ, ਜੋ ਹੁਕਮ ਹੋ ਗਿਆ ਉਹੀ ਲੇਖ ਹੈ। ਹੁਕਮ ਦੇ ਵਿੱਚ ਤਬਦੀਲੀ ਆਉਂਦੀ ਹੈ ਸਾਡੀ ਸੋਚ ਮੁਤਾਬਕ, ਸੋਚ ਚੰਗੀ ਹੈ ਹੁਕਮ ਠੀਕ ਸਾਡੇ ਹੱਕ ਜਾਈ ਜਾਂਦਾ, ਸੋਚ ਮਾੜੀ ਹੁੰਦੀ ਜਾਂਦੀ ਹੁਕਮ ਖਿਲਾਫ ਜਾਈ ਜਾਂਦਾ। ਕੋਈ ਲਿਖਿਆ ਹੋਇਆ ਉਸ ਤਰੀਕੇ ਦਾ ਨਹੀਂ ਜਿਵੇਂ ਪੰਡਿਤ ਕਹਿੰਦਾ, ਕੋਈ ਉਹੋ ਜਿਹਾ ਲਿਖਤ ਨਹੀਂ ਹੈ ਜਿਵੇਂ ਸੰਤ ਕਹਿੰਦੇ ਨੇ, ਸੰਤ ਤਾਂ ਹਿੰਦੂ ਨੇ ਸਾਰੇ ਹੀ। ਜਿਹੜੇ ਵਿੱਚ ਇੱਕ ਆਦਮੀ ਹੈਗਾ ਉਹਦਾ ਆਚਰਣ ਚੰਗਾ ਹੈ ਉਹਨੂੰ ਉੱਥੋਂ ਬੈਨੀਫਿਟ ਮਿਲ ਜਾਂਦਾ, ਜਦ ਸੁਧਾਰ ਆ ਜਾਂਦਾ ਹੈ, ਜੇ ਵਿਗੜ ਜਾਂਦਾ ਕੈਦ ਹੋਰ ਵੱਧ ਜਾਂਦੀ ਹੈ, ਜੇ ਚੰਗਾ ਆਚਰਣ ਹੁੰਦਾ ਉਹ ਮਾਫ਼ ਹੋ ਜਾਂਦਾ, ਮਾਫ਼ੀ ਮਿਲ ਜਾਂਦੀ ਹੈ। ਨਾਲ ਦੀ ਨਾਲ ਉਹਦਾ ਜੇ ਬਿਹੇਵੀਅਰ ਬਦਲਦਾ ਹੈ, ਅੱਤਵਾਦੀ ਨੇ ਬਦਲ ਜਾਂਦੇ ਨੇ, ਸਰਕਾਰ ਨਾਲ ਰਲਾ ਲੈਂਦੀ, ਕਹਿੰਦੇ ਨਹੀਂ ਹੁਣ ਸੁਧਰ ਗਿਆ, ਸੁਧਰ ਗਿਆ, ਸਰਕਾਰ 'ਚ ਮਿਨਿਸਟਰ ਬਣ ਜਾਂਦੇ ਨੇ ਆ ਕੇ, ਸਰਕਾਰ ਦੀ ਮੁੱਖਧਾਰਾ 'ਚ ਲੜ ਜਾਂਦੇ ਨੇ ਆ ਕੇ, ਕੋਈ ਸੁਭਾਅ ਛੱਡਦਾ ਉਲਟਾ, ਜੇ ਹੁਕਮ ਦਾ ਵਿਰੋਧ ਛੱਡਦੀ ਹੈ ਕਰਨਾ, ਹੋਮੇ ਬੁੱਝ ਲਈਏ, ਹੋਮੇ ਹੀ ਹੁਕਮ ਦਾ ਵਿਰੋਧ, ਹੋਮੇ ਨਾਵੇ ਨਾਲ ਵਿਰੋਧ ਹੈ, ਹੋਮੇ ਦਾ ਨਾਮ ਨਾਲ ਵਿਰੋਧ ਹੈ, ਸੱਚ ਹੁਕਮ ਨਾਲ ਵਿਰੋਧ ਹੈ, ਦੋਏ ਨਾ ਬਸੇ ਇਕਠਾਏ, ਹੋਮੇ ਦਾ ਅੱਤਵਾਦੀ ਹੈ ਇਹ, ਸੱਚਖੰਡ ਦਾ ਅੱਤਵਾਦੀ ਹੈ, ਜਿਹਨੇ ਹੋਮੇ ਵਾਲੇ ਨੇ ਸਭ ਸੱਚਖੰਡ ਦੇ ਅੱਤਵਾਦੀ ਨੇ, ਪਰਮੇਸ਼ਰ ਦੇ ਖਿਲਾਫ਼ ਨੇ ਖੜੇ ਉਹਦੇ ਧੜੇ, ਜੇ ਬੁੱਝ ਲਵੇ ਗਲਤੀ ਨੂੰ ਫਿਰ ਸੁਧਾਰ ਵੀ ਲੈਂਦਾ ਹੈ, ਇਹ ਤਾਂ ਗਲਤ ਹੈ। ਨਾਨਕ ਹੁਕਮ ਹੀ ਲਿਖੀ ਹੈ ਲੇਖ, ਨਾਨਕ ਕਹਿੰਦਾ ਹੁਕਮ ਹੀ ਲਿਖੀ ਹੈ ਲੇਖ, ਲੇਖ ਜੋ ਲਿਖਿਆ ਜਾਂਦਾ ਨਾਲ ਦੀ ਨਾਲ ਲਿਖਿਆ ਜਾਂਦਾ, ਨਾਲ ਦੀ ਨਾਲ ਹੁਕਮ ਉਹੋ ਜਿਹਾ ਸਾਡੇ ਹੱਕ 'ਚ ਆ ਜਾਂਦਾ, ਜੇ ਅਸੀਂ ਉਹਦੇ ਅਨੁਸਾਰ ਹੋ ਗਏ ਹੁਕਮ ਸਾਡੇ ਹੱਕ 'ਚ ਆ ਜਾਂਦਾ, ਜੇ ਅਸੀਂ ਖਿਲਾਫ਼ ਹੁੰਦੇ ਚਲੇ ਜਾਂਦੇ ਹੁਕਮ ਖਿਲਾਫ਼ ਹੁੰਦਾ ਚਲੇ ਜਾਂਦਾ, ਉਹਦੇ 'ਚ ਕੀ ਇਹ ਤਾਂ ਸਾਡੇ ਆਪਣੇ 'ਤੇ ਡਿਪੈਂਡ ਕਰਦਾ ਹੈ, ਅਸੀਂ ਆਪਣਾ ਜੀਵਨ ਚਾਹੇ ਆਪਣੇ ਹੱਥੀਂ ਸਵਾਲ ਲਈਏ ਚਾਹੇ ਪੈਰ ਪਹਾੜਾ ਮਾਰੀ ਜਾਈਏ ਚਾਹੇ ਦੂਰ ਹੁੰਦੇ ਚਲੇ ਜਾਈਏ, ਹੁਕਮ ਦਾ ਵਿਰੋਧ ਕਰਾਂਗੇ ਹੁਕਮ ਸਾਡੇ ਵਿਰੋਧੀ ਹੁੰਦਾ ਚਲਾ ਜਾਊਗਾ, ਜੇ ਹੁਕਮ ਦੇ ਅਸੀਂ ਅਨੁਸਾਰੀ ਹੋਵਾਂਗੇ ਤਾਂ ਉਹ ਸਾਡੇ ਹੱਕ 'ਚ ਹੁੰਦਾ ਚਲਾ ਜਾਊ, ਬਸ ਆਹੀ ਲੇਖ ਆ, ਉਹ ਲੇਖ ਕੁਛ ਨਹੀਂ।